ਪਾਰਟੀਸਪੇਟ ਕੀਤਾ ਸੀ ਜੀ, ਤਾਂ ਉਹਦੇ ਨਾਲ ਅਸੀਂ ਹੈਦਰਾਬਾਦ ਗਏ ਸੀ ਜੀ, ਉਸ ਦੇ ਨਾਲ ਇਸ ਦੇ ਵਿੱਚ ਐਂਟਰੀ ਹੋ ਗਈ ਸੀ ਜੀ। ਜੀ ਚਾਰ ਜਣਿਆਂ ਦੀ ਟੀਮ ਸੀ ਜੀ, ਲਾਈਕ ਮੇਰੇ ਟੀਮਮੇਟਸ ਇੱਕ ਨਾਭੇ ਤੋਂ ਮਨਕੀਰਤ ਸਿੰਘ, ਜ਼ੀਰਕਪੁਰ ਤੋਂ ਆਪਣਾ ਆਦਿੱਤਿਆ ਸਪਰਾ ਅਤੇ ਦਿੱਲੀ ਤੋਂ ਰਿਆਸਤ ਜਦੇਵਾ। ਨਵਦੀਪ, ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੱਲੋਂ ਪੁਰਸਕਾਰ ਮਿਲਦਾ, ਤਾਂ ਮਨ ਦੇ ਵਿੱਚ ਕੀ ਡ੍ਰੀਮ ਆਇਆ ਅਤੇ ਕੀ ਫੀਲਿੰਗ ਸੀ ਉਸ ਸਮੇਂ? ਜੀ ਮਨ ਦੇ ਵਿੱਚ ਸੀ ਕਿ ਬਸ ਰੱਬ ਨੇ ਚੜ੍ਹਾਈਆਂ ਕਰਤੀਆਂ, ਬਸ ਇੱਦਾਂ ਹੀ ਚੱਲਦਾ ਰਹੇ ਜੀ। ਇਸ ਦੇ ਜ਼ਰੀਏ ਹੈਲਪ ਬਹੁਤ ਹੋ ਜਾਏਗੀ ਜੀ, ਅੱਗੇ ਜਾ ਕੇ ਜਿੱਥੇ ਵੀ ਜੋ ਵੀ ਆਪਾਂ ਕੰਮ ਕਰਾਂਗੇ, ਇੱਕ ਮਤਲਬ ਉਹ ਹੋ ਜਾਂਦਾ ਕਿ ਇਹ ਪੁਰਸਕਾਰਿਤ ਹੋਇਆ ਹੋਇਆ, ਲਾਈਕ ਬਹੁਤ ਹੈਲਪ ਹੋ ਜਾਏਗੀ ਜੋ ਵੀ ਕਰਾਂਗੇ ਅੱਗੇ ਜਾ ਕੇ। ਲਾਈਕ ਹਜੇ ਆਪਣਾ ਕੁਛ ਉਹ ਨਹੀਂ ਹੈ, ਸਪੈਸੀਫਿਕ ਨਹੀਂ ਹੈ ਕਿ ਆਪਾਂ ਕੀ ਕਰਨਾ, ਤਾਂ ਅੱਗੇ ਜਾ ਕੇ ਜੋ ਵੀ ਕਰਾਂਗੇ ਉਹਦੇ ਵਿੱਚ ਹੈਲਪ ਬਹੁਤ ਹੋ ਜਾਏਗੀ ਜੀ। ਭਾਰਤ ਦਾ ਨਾਮ ਹੀ ਜਿਹੜਾ ਰੋਸ਼ਨ ਕੀਤਾ, ਤੁਸੀਂ ਇਸ ਦੇ ਵਿੱਚ ਸਭ ਤੋਂ ਜਿਹੜਾ ਸਿਹਰਾ ਕਿਸ ਨੂੰ ਦਿੰਦੇ ਹੋ? ਜੀ ਪੇਰੈਂਟਸ ਨੂੰ ਜੀ, ਉਹਨਾਂ ਨੇ ਹੁਣ ਤੱਕ ਲਾਈਕ ਪਾਲ ਪੋਸ ਕੇ ਵੱਡਾ ਕੀਤਾ ਜੀ, ਸਭ ਸਾਰਾ ਉਹਨਾਂ ਦੇ ਸਿਰ ਹੀ ਜਾਂਦਾ ਜੀ। ਹੁਣ ਅੱਗੇ ਫਿਰ ਸਾਇੰਟਿਸਟ ਦੀ ਲਾਈਨ ਦੇ ਵਿੱਚ ਆਓਗੇ? ਉਹ ਦੇਖਦੇ ਹਾਂ ਜੀ ਅੱਗੇ ਜਾ ਕੇ ਪਤਾ ਚੱਲੇਗਾ ਉਹ ਤਾਂ। ਤੁਹਾਡੇ ਨਾਲ ਜੀ ਇਹ ਪ੍ਰੋਜੈਕਟ ਪੂਰਾ ਕੀ ਸੀਗਾ, ਉਹਦੇ ਬਾਰੇ ਥੋੜਾ ਜਿਹਾ ਦੱਸੋ। ਠੀਕ ਹੈ ਜੀ, ਜੀ ਇਹ ਪ੍ਰੋਜੈਕਟ ਵਿੱਚ ਪਹਿਲਾਂ ਤਾਂ ਸਾਡੇ ਉੱਥੇ ਕਾਲਜ ਵਿੱਚ ਪ੍ਰਸ਼ਾਂਤ ਸਿੰਘ ਰਾਣਾ ਸਰ ਸੀ, ਉਹਨਾਂ ਨੇ ਕਾਫੀ ਹੈਲਪ ਕੀਤੀ। ਫਿਰ ਸਾਡੇ ਜੋ ਸਪੇਸ ਦੇ ਇੰਸਟ੍ਰਕਟਰ ਸੀ ਮਮਤਾ ਗੁਲਾਟੀ ਮੈਮ, ਉਹਨਾਂ ਨੇ ਵੀ ਕਾਫੀ ਹੈਲਪ ਕੀਤੀ। ਇੱਥੋਂ ਜਾਣ ਤੋਂ ਬਾਅਦ ਬੇਸਿਕਲੀ ਅਸੀਂ ਕੀ ਕਰਨਾ ਹੁੰਦਾ ਹੈ ਕਿ ਉੱਥੇ ਜਾ ਕੇ 30 ਘੰਟੇ ਵਿੱਚ ਸਭ ਬਣਾਉਣਾ ਹੁੰਦਾ ਹੈ, ਤਾਂ 30 ਘੰਟੇ ਵਿੱਚ ਸਾਨੂੰ ਇਸਰੋ ਵੱਲੋਂ ਦੋ ਸਾਇੰਟਿਸਟ ਅਲੋਟ ਹੋਏ ਸੀ, ਦੋ ਵਿਗਿਆਨਿਕ ਅਲੋਟ ਹੋਏ ਸੀ, ਉਹਨਾਂ ਨੇ ਬਹੁਤ ਮਦਦ ਕੀਤੀ ਜੀ। ਕਿਉਂਕਿ ਹੁਣ ਆਪਾਂ ਜਿਸ ਚੀਜ਼ 'ਤੇ ਕੰਮ ਕਰ ਰਹੇ ਹਾਂ, ਹੁਣ ਨੋਰਮਲ ਤਾਂ ਆਪਾਂ ਜੋ ਚੀਜ਼ਾਂ ਕਰਦੇ ਉਹ ਗੂਗਲ 'ਤੇ ਮਿਲ ਜਾਂਦੀਆਂ, ਪਰ ਇਹਦੇ ਬਾਰੇ ਜਾਣਕਾਰੀ ਗੂਗਲ 'ਤੇ ਲੱਭਣੀ ਬਹੁਤ ਔਖੀ ਹੈ, ਤਾਂ ਉਹਦੇ ਵਿੱਚ ਉਹ ਜੋ ਵਿਗਿਆਨਿਕ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ। ਅਤੇ ਇਹ ਜੋ ਸਾਡਾ ਪ੍ਰੋਜੈਕਟ ਹੈ ਇਹਦਾ ਮਤਲਬ ਮੁੱਲ ਸੀ ਜੀ ਕਿ ਆਪਾਂ ਚੰਦ 'ਤੇ ਸੇਫ ਨੈਵੀਗੇਸ਼ਨ ਰੂਟਸ ਲੱਭ। ਇਸਰੋ ਕੋਲ ਪ੍ਰੋਬਲਮਾਂ ਸੀਗੀਆਂ, ਉਹ ਕਿਹੜੀ ਮੁਸ਼ਕਲ ਸੀ ਜਿਹੜਾ ਤੁਸੀਂ ਸੋਲਿਊਸ਼ਨ ਕੀਤਾ ਕਿ ਤੁਹਾਨੂੰ ਸਿਲੈਕਟ ਕੀਤਾ? ਜੀ 12 ਪ੍ਰੋਬਲਮ ਸਟੇਟਮੈਂਟ ਸੀ ਜੀ, ਅਤੇ ਉਹਦੇ ਵਿੱਚੋਂ ਅਸੀਂ 9ਵੀਂ ਚੁਣੀ ਸੀ। ਇਹ ਅਸੀਂ ਚੁਣੀ ਇਸ ਕਰਕੇ ਸੀ ਕਿਉਂਕਿ ਆਪਣੀ ਜੋ ਵੀ ਸੀ ਉਹਦੇ ਵਿੱਚ ਇੱਕ ਇੱਕ ਛੋਟੇ ਛੋਟੇ ਸੋਲਿਊਸ਼ਨ ਵਗੈਰਾ ਸੀ, ਅਸੀਂ ਜੋ ਪ੍ਰੋਬਲਮ ਸਟੇਟਮੈਂਟ ਚੁਣੀ ਇਹਦੇ ਵਿੱਚ ਉਹਦੇ ਵਿੱਚੋਂ ਹੀ 4 ਪ੍ਰੋਬਲਮ ਸਟੇਟਮੈਂਟਾਂ ਦਾ ਹੱਲ ਇਹਦੇ ਨਾਲ ਹੀ ਨਿਕਲ ਰਿਹਾ ਸੀ ਜੀ। ਜਿਵੇਂ ਹੁਣ ਉਹਦੇ ਵਿੱਚ ਬੋਲਡਰਸ ਕ੍ਰੀਏਟਰਸ ਹੁੰਦੇ ਆ, ਜਿਵੇਂ ਖੱਡੇ ਹੋ ਗਏ ਅਤੇ ਪਹਾੜ ਛੋਟੇ ਛੋਟੇ ਪੱਥਰ ਹੋ ਗਏ, ਉਹ ਲੱਭਣੇ ਸੀ, ਉਹ ਇੱਕ ਪ੍ਰੋਬਲਮ ਸਟੇਟਮੈਂਟ ਸੀ। ਸਾਨੂੰ ਇਹਦੇ ਵਿੱਚ ਅਸੀਂ ਰਾਹ ਲੱਭਣਾ ਸੀ ਤਾਂ ਸਾਨੂੰ ਉਹਦੇ ਵਿੱਚ ਇਹ ਵੀ ਕਰਨੀ ਪਈ। ਉਹਦੇ ਵਿੱਚ ਇੱਕ ਸੀਗਾ ਕਿ ਕਿੱਥੇ ਕਿੱਥੇ ਮਿਨਰਲ ਕੰਪੋਜ਼ਿਸ਼ਨ ਜਾਂ ਕੁਛ ਵੀ ਮਿਲਦਾ ਹੈ, ਉਹ ਸੀ ਇੱਕ ਪ੍ਰੋਬਲਮ ਸਟੇਟਮੈਂਟ, ਉਹ ਵੀ ਅਸੀਂ ਇਹਦੇ ਵਿੱਚ ਹੀ ਕਰਨੀ ਪਈ। ਕਿਉਂਕਿ ਜਿੱਥੇ ਰੋਵਰ ਜਾਊਗਾ, ਜੋ ਆਪਣਾ ਉੱਥੇ ਚੰਦ 'ਤੇ ਲੈਂਡ ਹੋਇਆ, ਉਹਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ, ਅਸੀਂ ਉਹਦੇ ਵਿੱਚ ਇਹ ਵੀ ਕਰਤੀ ਸੀ ਜੀ। ਉਹ ਜੋ ਦੇਣਗੇ ਉੱਥੇ ਤਾਂ ਰਹਿਣਾ ਹੀ ਪੈਣਾ ਜੀ, ਨਾਲ ਉਹਨਾਂ ਦੇ ਫਿਰ ਦੇਖਣਾ ਪੈਣਾ ਜੀ। ਕਿੰਨੀ ਕੁ ਖੁਸ਼ੀ ਹੋ ਰਹੀ ਆ ਜੀ? ਕਾਫੀ ਖੁਸ਼ੀ ਹੋ ਰਹੀ ਹੈ ਜੀ। ਜੀ ਧੰਨਵਾਦ ਮੈਂ ਆਪਣੀ ਸਰਕਾਰ ਦਾ ਕਰਦਾ ਜੀ, ਇਸਰੋ ਦਾ ਕਰਦਾ ਜੀ, ਮੈਂ ਪੇਰੈਂਟਸ ਦਾ ਕਰਦਾ, ਮੈਂ ਥਾਪਰ ਦਾ ਕਰਦਾ, ਮੈਂ ਸਭ ਤੋਂ ਵੱਧ ਆਪਣੇ ਪਿੰਡ ਦਾ ਕਰਦਾ ਜੀ। ਜਿਹੜੇ ਸਾਨੂੰ ਇੰਨਾ ਪਿਆਰ ਦੇ ਰਹੇ ਆ, ਤੁਸੀਂ ਇੱਥੇ ਸਾਡੇ ਤੱਕ ਪਹੁੰਚੇ ਹੋ, ਸਾਰੇ ਲੋਕ ਕੰਗ੍ਰੈਚੁਲੇਸ਼ਨ ਦੇ ਰਹੇ ਨੇ। ਅਤੇ ਹਰ ਮਾਂ ਬਾਪ ਦਾ ਹੀ ਡ੍ਰੀਮ ਹੁੰਦਾ ਕਿ ਉਹਨਾਂ ਦਾ ਬੱਚਾ ਉੱਥੋਂ ਤੱਕ ਜਾਵੇ ਜਿੱਥੋਂ ਤੱਕ ਅਜੇ ਤੱਕ ਕੋਈ ਨਹੀਂ ਗਿਆ, ਔਰ ਉਹ ਸਾਡਾ ਵੀ ਸੀ, ਔਰ ਸਾਡੇ ਬੱਚੇ ਨੇ ਮਿਹਨਤ ਕੀਤੀ। ਸਾਰੇ ਬੱਚੇ ਹੀ ਕਰਦੇ ਆ, ਲੇਕਿਨ ਕਿਸੇ ਕਿਸੇ ਬੰਦੇ ਨੂੰ ਸਹੀ ਰਾਹ ਮਿਲ ਜਾਂਦਾ, ਕਿਸੇ ਬੱਚੇ ਨੂੰ ਸਹੀ ਰਾਹ ਮਿਲ ਜਾਂਦਾ, ਔਰ ਕਈ ਬੱਚੇ ਸਹੀ ਰਾਹ ਲੱਭਣ ਦੇ ਵਿੱਚ ਕਈ ਵਾਰ ਸਹੀ ਜਗ੍ਹਾ 'ਤੇ ਨਹੀਂ ਪਹੁੰਚ ਪਾਉਂਦੇ। ਸਾਡੇ ਬੱਚੇ ਨੂੰ ਸਹੀ ਜਗ੍ਹਾ ਮਿਲੀ, ਸਹੀ ਰਸਤੇ 'ਤੇ ਚੜਿਆ, ਹੈਕਾਥੋਨ ਮਿਲਿਆ, ਹੈਦਰਾਬਾਦ ਗਿਆ, ਉੱਥੋਂ ਉਹਨੂੰ ਸਹੀ ਗਾਈਡਲਾਈਨ ਮਿਲੀ ਔਰ ਉਹ ਸਹੀ ਜਗ੍ਹਾ ਪਹੁੰਚ ਗਿਆ, ਔਰ ਉਹਨੂੰ ਇਸ ਤਰੀਕੇ